ਹੈਲੋ ਸਟੂਡੈਂਟਸ, ਵੈਲਕਮ ਟੂ ਸਟੱਡੀ ਪੁਆਇੰਟ 44। ਹਾਂਜੀ, ETT 894 ਭਰਤੀ ਦੇ ਰਿਗਾਰਡਿੰਗ ਫਸਟ ਸਿਲੈਕਸ਼ਨ ਜਿਹੜੀ ਲਿਸਟ ਹੈ ਉਸ ਨੂੰ ਆਊਟ ਕਰ ਦਿੱਤਾ ਗਿਆ, ਐਂਡ ਸਾਰੇ ਬੱਚਿਆਂ ਨੇ ਜਿਹੜੀ ਹੈ ਲਿਸਟ ਨੂੰ ਚੈੱਕ ਕਰਕੇ ਵੀ ਦੇਖ ਲਿਆ ਹੋਣਾ ਹੈ। ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਦੂਜੀ ਸਿਲੈਕਸ਼ਨ ਲਿਸਟ ਕਦੋਂ ਤੱਕ ਆਉਣ ਦੀ ਪੋਸੀਬਿਲਿਟੀ ਰਹੇਗੀ, ਇਸ ਤੋਂ ਇਲਾਵਾ ਜਿਹੜੀ ਕੱਟ ਆਫ ਹੈ ਉਹ ਹੋਰ ਕਿੰਨੀ ਕੁ ਡਾਊਨ ਆ ਸਕਦੀ ਹੈ, ਐਂਡ ਇਹ ਵੀ ਤੁਹਾਨੂੰ ਦੱਸਾਂਗੇ ਕਿ ਜਿਹੜੀਆਂ ਬੈਕਲੋਗ ਦੀਆਂ ਪੋਸਟਾਂ ਨੇ ਕਿ ਉਹ ਕੰਪਲੀਟ ਹੋਣਗੀਆਂ ਇਸ ਭਰਤੀ ਦੇ ਵਿੱਚ ਜਾਂ ਨਹੀਂ ਹੋਣਗੀਆਂ। ਯਾਨੀ ਕਿ ਜਿਹੜੀਆਂ ਫਰੈਸ਼ ਪੋਸਟਾਂ ਸੀਗੀਆਂ 3000 ਕੀ ਸਿਰਫ ਭਰਤੀ ਉਹਨਾਂ 'ਤੇ ਹੀ ਕੰਪਲੀਟ ਹੋਵੇਗੀ ਜਾਂ ਸਾਰੀਆਂ ਪੋਸਟਾਂ ਜਿਹੜੀਆਂ ਨੇ ਮਿਲਣਗੀਆਂ। ਸਾਰੀ ਜਿਹੜੀ ਜਾਣਕਾਰੀ ਆ ਤੁਹਾਨੂੰ ਆਪਾਂ ਇਸ ਵੀਡੀਓ ਵਿੱਚ ਪ੍ਰੋਵਾਈਡ ਕਰਾਵਾਂਗੇ, ਇਸ ਕਰਕੇ ਵੀਡੀਓ ਦੇ ਐਂਡ ਤੱਕ ਤੁਸੀਂ ਜ਼ਰੂਰ ਬਣੇ ਰਹਿਣਾ। ਐਂਡ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਹੀ ਬੈੱਲ ਆਈਕਨ 'ਤੇ ਪ੍ਰੈਸ ਕਰ ਲੈਣਾ ਤਾਂ ਜੋ ਜਦੋਂ ਵੀ ਆਪਾਂ ਹੋਰ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਭ ਤੋਂ ਪਹਿਲਾਂ ਆਪਾਂ ਜਿਹੜੀ ਫਸਟ ਸਿਲੈਕਸ਼ਨ ਲਿਸਟ ਆਊਟ ਕੀਤੀ ਗਈ ਹੈ ਉਸ ਨੂੰ ਡਿਸਕਸ ਕਰਦੇ ਹਾਂ। ਇੱਥੇ ਤੁਸੀਂ ਦੇਖ ਸਕਦੇ ਹੋ ETT 894, ਠੀਕ ਹੈ, ਸਿਲੈਕਸ਼ਨ ਲਿਸਟ। ਨੀਚੇ ਜੇਕਰ ਆਪਾਂ ਗੱਲ ਕਰੀਏ ਓਪਨ ਦੇ ਵਿੱਚ ਜਿਹੜੇ ਟੋਟਲ ਕੈਂਡੀਡੇਟ ਹੈਗੇ ਨੇ, ਜਿਹਦੇ ਵਿੱਚ OBC ਕੈਟਾਗਰੀ ਹੋ ਗਈ, EWS ਹੋ ਗਈ, ਜਰਨਲ ਕੈਟਾਗਰੀ ਹੋ ਗਈ, SC MBS, CRO, ਠੀਕ ਹੈ, ਤਾਂ ਉਹਦੇ ਵਿੱਚ ਟੋਟਲ ਬੱਚੇ ਜਿਹੜੇ ਹੈਗੇ ਨੇ ਉਹ ਹੈਗੇ ਨੇ 1170, ਠੀਕ ਹੈ। SC RO ਕੈਟਾਗਰੀ ਟੋਟਲ 300, SC MBA 300, EWS 300, BC 300, ਫਰੀਡਮ ਫਾਈਟਰ 12, ਹੈਂਡੀਕਾਪਡ 429, ਬਾਕੀ ਤੁਸੀਂ ਨੀਚੇ ਦੇਖ ਸਕਦੇ ਹੋ 31, 23, 3, ਠੀਕ ਹੈ। ਟੋਟਲ ਜਿਹੜੇ ਕੈਂਡੀਡੇਟ ਫਸਟ ਸਿਲੈਕਸ਼ਨ ਲਿਸਟ ਦੇ ਵਿੱਚ, ਠੀਕ ਹੈ, ਇਨਕਲੂਡ ਕੀਤੇ ਗਏ ਨੇ ਉਹ ਹੈਗੇ ਨੇ 2468 ਕੈਂਡੀਡੇਟਸ, ਠੀਕ ਹੈ। ਇਹ ਤੁਸੀਂ ਇੱਥੇ ਦੇਖ ਸਕਦੇ ਹੋ ਟੋਟਲ ਕਿੰਨੇ ਕੈਂਡੀਡੇਟਸ ਹੈਗੇ ਨੇ, 2468, ਠੀਕ ਹੈ। ਹੁਣ ਜੇਕਰ ਆਪਾਂ ਗੱਲ ਕਰੀਏ ਟੋਟਲ ਜਿਹੜੀਆਂ ਫਰੈਸ਼ ਵੈਕੈਂਸੀਆਂ ਸੀਗੀਆਂ ਉਹ ਸੀਗੀਆਂ 3000, ਠੀਕ ਹੈ। ਟੋਟਲ ਜਿਹੜੀਆਂ ਫਰੈਸ਼ ਵੈਕੈਂਸੀਆਂ ਸੀਗੀਆਂ ਉਹ ਸੀਗੀਆਂ 3000। ਇਹਦੇ ਵਿੱਚ ਕਿਹੜੇ ਕਿਹੜੇ ਬੱਚੇ ਇਨਕਲੂਡ ਨਹੀਂ ਕੀਤੇ ਗਏ, ਜੇਕਰ ਆਪਾਂ ਗੱਲ ਕਰੀਏ SC RO ਸਪੋਰਟਸ ਕੈਟਾਗਰੀ ਹੋ ਗਈ, ਠੀਕ ਹੈ, ਇਸ ਤੋਂ ਇਲਾਵਾ SC MBA, SC RO, ESM ਕੈਟਾਗਰੀ ਹੋ ਗਈ, ਠੀਕ ਹੈ। ਇਹਨਾਂ ਕੈਟਾਗਰੀ ਦੇ ਜਿਹੜੇ ਬੱਚੇ ਨੇ ਇਨਕਲੂਡ ਨਹੀਂ ਕੀਤੇ ਗਏ। ਤਾਂ ਹੁਣ ਆਪਾਂ ਉਸ ਨੋਟੀਫਿਕੇਸ਼ਨ ਵੱਲ ਚੱਲਦੇ ਹਾਂ ਜਿਹੜੀਆਂ ਆਪਣੀਆਂ ਵੈਕੈਂਸੀਆਂ ਟੋਟਲ 894 ਆਊਟ ਕੀਤੀਆਂ ਗਈਆਂ ਸੀ। ਫਿਰ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕੱਟ ਆਫ ਕਿੰਨੀ ਕੁ ਨੀਚੇ ਡਾਊਨ ਆਵੇਗੀ, ਠੀਕ ਹੈ। ਇਸ ਤੋਂ ਇਲਾਵਾ ਜਿੰਨਾ ਕੈਂਡੀਡੇਟਸ ਦੀ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਚੁੱਕੀ ਹੈ ਕਿ ਉਹਨਾਂ ਦਾ ਨਾਮ ਆਵੇਗਾ ਜਾਂ ਨਹੀਂ ਆਵੇਗਾ, ਸਾਰੀ ਜਿਹੜੀ ਜਾਣਕਾਰੀ ਆਪਾਂ ਉਸ ਦੇ ਮੁਤਾਬਿਕ ਜਿਹੜੇ ਡਿਸਕਸ ਕਰਾਂਗੇ। ਵੇਟ, ਹਾਂਜੀ, ਇੱਥੇ ਮੈਂ ਕੈਟਾਗਰੀ ਵਾਈਜ਼ ਅਸਾਮੀਆਂ ਦੀ ਜਿਹੜੀ ਵੰਡ ਕੀਤੀ ਗਈ ਸੀਗੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਵਿੱਚ, ਉਸ ਨੂੰ ਮੈਂ ਓਪਨ ਕੀਤਾ ਹੋਇਆ ਹੈ, ਠੀਕ ਹੈ। ਇੱਥੇ ਆਪਣੇ ਕੋਲ ਪੋਸਟਾਂ ਮੈਨਸ਼ਨ ਕੀਤੀਆਂ ਹੋਈਆਂ ਨੇ, ਇੱਥੇ ਵੂਮੈਨ ਵਾਸਤੇ ਜਿਹੜੀਆਂ ਰਿਜ਼ਰਵ ਹੁੰਦੀਆਂ ਨੇ ਉਹ ਮੈਨਸ਼ਨ ਕੀਤੀਆਂ ਨੇ, ਇੱਥੇ ਆਪਣੇ ਕੋਲ ਟੋਟਲ ਜਿਹੜੀਆਂ ਪੋਸਟਾਂ ਨੇ ਮੈਨਸ਼ਨ ਕੀਤੀਆਂ, ਇਹ ਆਪਣੇ ਕੋਲ ਹੈਗੀਆਂ ਨੇ ਬੈਕਲੋਗ ਦੀਆਂ, ਇਹ ਆਪਣੇ ਕੋਲ ਹੈਗੀਆਂ ਨੇ ਫਰੈਸ਼, ਠੀਕ ਹੈ। ਇੱਥੇ ਆਪਣੇ ਕੋਲ ਕੈਟਾਗਰੀ ਹੈ ਜਿਹੜੀ ਮੈਨਸ਼ਨ ਕੀਤੀ ਹੋਈ ਹੈ। ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਠੀਕ ਹੈ, 1170 ਇਹ ਇਨਕਲੂਡ ਹੋ ਚੁੱਕੇ ਨੇ, 300, 300, 300, ਠੀਕ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ BC 300, ਇਹ ਆ ਸਾਰੇ ਆਪਣੇ ਕੋਲ ਬੱਚੇ ਇਨਕਲੂਡ ਹੋ ਚੁੱਕੇ ਨੇ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ 210 ਤੋਂ ਲੈ ਕੇ ਇੱਥੋਂ ਤੱਕ, ਠੀਕ ਹੈ, ਇਹ ਜਿਹੜੇ ਬੱਚੇ ਨੇ, ਠੀਕ ਹੈ, ਇਹ ਇਨਕਲੂਡ ਨਹੀਂ ਕੀਤੇ ਗਏ, ਯਾਨੀ ਕਿ ਇਹਨਾਂ ਦੀ ਜਿਹੜੀ ਕੱਟ ਆਫ ਬਣ ਕੇ ਆਉਣੀ ਸੀਗੀ ਉਹ ਆਪਣੇ ਕੋਲ ਆਊਟ ਹਜੇ ਤੱਕ ਨਹੀਂ ਕੀਤੀ ਗਈ, ਸੋਰੀ, ਸਿਲੈਕਸ਼ਨ ਜਿਹੜੀ ਲਿਸਟ ਆਉਣੀ ਸੀਗੀ ਉਹ ਆਪਣੇ ਕੋਲ ਆਊਟ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਹੈਂਡੀਕੈਪਡ ਦੇ ਟੋਟਲ 120 ਬੱਚੇ ਸੀਗੇ, ਇਹ ਵੀ ਇਹਦੇ ਵਿੱਚ ਐਡ ਹੋ ਚੁੱਕੇ ਨੇ। ਇਸ ਤੋਂ ਇਲਾਵਾ ਫਰੀਡਮ ਫਾਈਟਰ, ਇਹ ਵੀ ਕੁਛ ਕੁ ਐਡ ਹੋ ਚੁੱਕੇ ਨੇ। ਇਸ ਤੋਂ ਇਲਾਵਾ EWS ਕੈਟਾਗਰੀ ਜਿਹੜੀ ਹੈਗੀ ਆ, ਠੀਕ ਹੈ, ਟੋਟਲ ਜੇਕਰ ਆਪਾਂ ਗੱਲ ਕਰੀਏ ਤਾਂ ਟੋਟਲ ਇਹਦੇ ਵਿੱਚ ਵੈਕੈਂਸੀਆਂ ਸੀਗੀਆਂ ਆਪਣੇ ਕੋਲ 3000, ਠੀਕ ਹੈ। EWS ਕੈਟਾਗਰੀ ਦੇ ਟੋਟਲ 300 ਕੈਂਡੀਡੇਟ ਸੀਗੇ, ਇਹਨਾਂ ਨੂੰ ਵੀ ਜਿਹੜਾ ਇਨਕਲੂਡ ਕਰ ਲਿਆ ਗਿਆ। ਤਾਂ ਇੱਥੋਂ ਆਪਾਂ
ਇਹ ਆਈਡੀਆ ਲਗਾ ਸਕਦੇ ਹਾਂ ਕਿ ਜਿਹੜੀ 3,000 ਵੈਕੈਂਸੀ ਸੀਗੀ, ਠੀਕ ਹੈ, ਉਹ ਲਗਭਗ ਜਿਹੜੀ ਆ ਕੰਪਲੀਟ ਹੋ ਚੁੱਕੀ ਆ ਫਸਟ ਲਿਸਟ ਦੇ ਵਿੱਚ। ਇਸ ਤੋਂ ਇਲਾਵਾ ਇਹ ਜਿਹੜੀ ਆਪਣੇ ਕੋਲ ਕੈਟਾਗਰੀ ਮੈਂਸ਼ਨ ਕੀਤੀ ਹੋਈ ਹੈ SC MBESM, SC RO ESM, BC ESM, ਠੀਕ ਹੈ, ਜਰਨਲ ਸਪੋਰਟਸ ਕੈਟਾਗਰੀ ਹੋ ਗਈ, ਇਸ ਤੋਂ ਇਲਾਵਾ ਜਰਨਲ ESM ਕੈਟਾਗਰੀ ਹੋ ਗਈ, ਤਾਂ ਇਹਨਾਂ ਦੇ ਬੱਚੇ ਜੇਕਰ ਨਹੀਂ ਮਿਲਦੇ ਤਾਂ ਇਹ ਪੋਸਟਾਂ ਨੂੰ ਜਿਹੜਾ ਡੀ ਰਿਜ਼ਰਵ ਕੀਤਾ ਜਾਵੇਗਾ। ਠੀਕ ਹੈ, ਹੋ ਸਕਦਾ ਹੈ ਜਿਹੜੀ ਦੂਜੀ ਲਿਸਟ ਆਊਟ ਕੀਤੀ ਜਾਵੇਗੀ ਉਹਦੇ ਵਿੱਚ ਸਿਰਫ ਇੱਕ ਵਾਰ 3,000 ਵੈਕੈਂਸੀਆਂ ਨੂੰ ਜਿਹੜਾ ਕੰਪਲੀਟ ਕੀਤਾ ਜਾਵੇ। ਬਾਕੀ ਹੁਣ ਆਪਣੇ ਕੋਲ ਗੱਲ ਆਉਂਦੀ ਆ ਬੈਕਲੋਗ ਪੋਸਟਾਂ ਦੀ, ਤਾਂ ਬੈਕਲੋਗ ਜਿਹੜੀਆਂ ਪੋਸਟਾਂ ਨੇ, ਠੀਕ ਹੈ, ਇਹ ਜ਼ਰੂਰ ਕੰਪਲੀਟ ਕੀਤੀਆਂ ਜਾਣਗੀਆਂ। ਠੀਕ ਹੈ, 2,994 ਆਪਣੇ ਕੋਲ ਬੈਕਲੋਗ ਦੀਆਂ ਪੋਸਟਾਂ ਸੀਗੀਆਂ, ਤਾਂ ਕਿਉਂਕਿ ਜਦੋਂ ਆਪਣੀ ਡਾਕੂਮੈਂਟਸ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਕਾਫੀ ਬੱਚੇ ਜਿਹੜੇ ਬੁਲਾਏ ਜਾਂਦੇ ਨੇ ਡਾਕੂਮੈਂਟਸ ਵੈਰੀਫਿਕੇਸ਼ਨ ਦੇ ਲਈ। ਇੱਥੇ ਮੈਂ SC RO ਕੈਟਾਗਰੀ ਦੀ ਜੇਕਰ ਗੱਲ ਕਰਾਂ ਤਾਂ ਜਿਨ੍ਹਾਂ ਦੇ 114 ਨੰਬਰ ਸੀਗੇ ਤਾਂ ਉਹਨਾਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਗਈ ਸੀਗੀ। ਠੀਕ ਹੈ, ਤਾਂ ਇੱਕ ਗੱਲ ਆਪਾਂ ਸ਼ਿਓਰ ਕਹਿ ਸਕਦੇ ਹਾਂ ਕਿ ਜਿਨ੍ਹਾਂ ਬੱਚਿਆਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਚੁੱਕੀ ਹੈ ਤਾਂ ਉਹਨਾਂ ਦਾ ਜਿਹੜਾ ਨਾਮ ਹੈ ਉਹ ਜ਼ਰੂਰ ਆਵੇਗਾ। ਠੀਕ ਹੈ, ਸਿਲੈਕਸ਼ਨ ਲਿਸਟ ਦੇ ਵਿੱਚ ਆਪਾਂ ਨੂੰ ਟਾਈਮ ਜ਼ਰੂਰ ਲੱਗ ਸਕਦਾ, ਬਟ ਜਿਹੜੀਆਂ ਸਿਲੈਕਸ਼ਨ ਲਿਸਟਾਂ ਇਸ ਤੋਂ ਬਾਅਦ ਆਊਟ ਹੋਣਗੀਆਂ। ਹੋ ਸਕਦਾ ਜਿਹੜੀ ਪਹਿਲੀ ਜਿਹੜੀ ਸਿਲੈਕਸ਼ਨ ਲਿਸਟ ਆਊਟ ਕੀਤੀ ਗਈ ਆ ਇਹਨਾਂ ਬੱਚਿਆਂ ਨੂੰ ਜਿਹੜਾ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਦੂਜੀ ਲਿਸਟ ਆਊਟ ਕੀਤੀ ਜਾਵੇ। ਠੀਕ ਹੈ, ਇਹ ਮੈਂ ਸ਼ਿਓਰ ਨਹੀਂ ਕਹਿੰਦਾ ਬਟ ਇਹ ਗੱਲ ਹੋ ਸਕਦੀ ਆ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਬੈਕਲੋਗ ਪੋਸਟਾਂ ਦੀ, ਤਾਂ ਬੈਕਲੋਗ ਪੋਸਟਾਂ ਵੀ ਜਿਹੜੀਆਂ ਨੇ ਇਹ ਕੰਪਲੀਟ ਕੀਤੀਆਂ ਜਾਣਗੀਆਂ, ਯਾਨੀ ਕਿ ਇਹਨਾਂ ਦੀਆਂ ਜਿਹੜੀਆਂ ਸਿਲੈਕਸ਼ਨ ਲਿਸਟਾਂ ਉਹ ਆਪਣੇ ਕੋਲ ਆਊਟ ਕੀਤੀਆਂ ਜਾਣਗੀਆਂ। ਤਾਂ ਇੱਥੇ ਜੇਕਰ ਆਪਾਂ ਵੈਕੈਂਸੀਆਂ ਦੀ ਗੱਲ ਕਰੀਏ ਜਨਰਲ ESM ਕੈਟਾਗਰੀ, ਉਹਨਾਂ ਦੀ 988 ਬੰਦੀਆਂ ਨੇ, SC MBESM ਇਹਨਾਂ ਦੀਆਂ 300 ਤੇ 59 ਬੰਦੀਆਂ ਨੇ। ਬਾਕੀ ਤੁਸੀਂ ਇੱਥੇ ਟੋਟਲ ਵੈਕੈਂਸੀਆਂ ਦੇਖ ਸਕਦੇ ਹੋ। ਠੀਕ ਹੈ, ਇਹ ਜਿਹੜੀਆਂ ਸਾਰੀਆਂ ਵੈਕੈਂਸੀਆਂ ਨੇ, ਠੀਕ ਹੈ, ਇਹਨਾਂ ਨੂੰ ਡੀ ਰਿਜ਼ਰਵ ਕੀਤਾ ਜਾਵੇਗਾ। ਠੀਕ ਹੈ, ਡੀ ਰਿਜ਼ਰਵ ਇਹਨਾਂ ਨੂੰ ਕਰਕੇ ਜਿਹੜੇ ਵੀ ਬੱਚੇ ਬੰਦੇ ਨੇ, ਤੁਹਾਨੂੰ ਪਤਾ ਜਰਨਲ ਕੈਟਾਗਰੀ ਹੋ ਗਈ, SC MB ਕੈਟਾਗਰੀ ਹੋ ਗਈ, ਸੋਰੀ SC MB ਦੇ ਬੱਚੇ ਵੀ ਜਿਹੜੇ ਪੂਰੇ ਹੋ ਜਾਣਗੇ, 3,000 ਜਿਹੜੀਆਂ ਆਪਣੇ ਕੋਲੋਂ ਪੋਸਟਾਂ ਸੀਗੀਆਂ ਇਹਦੇ ਵਿੱਚ ਹੀ ਪੂਰੇ ਹੋ ਜਾਣਗੇ। ਠੀਕ ਹੈ, ਜਰਨਲ ਕੈਟਾਗਰੀ ਹੋ ਗਈ, SC RO ਕੈਟਾਗਰੀ ਹੋ ਗਈ, BC ਕੈਟਾਗਰੀ ਹੋ ਗਈ, ਠੀਕ ਹੈ, ਇਸ ਤੋਂ ਇਲਾਵਾ EWS ਕੈਟਾਗਰੀ ਹੋਈ। ਇਹਨਾਂ ਚਾਰ ਕੈਟਾਗਰੀ ਦੇ ਸਭ ਤੋਂ ਵੱਧ ਵਿਦਿਆਰਥੀ ਹੁੰਦੇ ਨੇ, ਤਾਂ ਇਹਨਾਂ ਦੇ ਵਿੱਚ ਹੀ ਜਿਹੜੀਆਂ 2,994 ਬੈਕਲੋਗ ਦੀਆਂ ਪੋਸਟਾਂ ਨੇ, ਠੀਕ ਹੈ, ਉਹਨਾਂ ਨੂੰ ਡੀ ਰਿਜ਼ਰਵ ਕਰਕੇ ਇਹਨਾਂ ਦੀ ਜਿਹੜੀ ਹੈ ਸਿਲੈਕਸ਼ਨ ਕਰਵਾਈ ਜਾਵੇਗੀ। ਠੀਕ ਹੈ, ਤਾਂ ਇੱਕ ਮੈਂ ਤੁਹਾਨੂੰ ਗਰੰਟੀ ਦੇ ਸਕਦਾ, ਜਿਨ੍ਹਾਂ ਬੱਚਿਆਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਚੁੱਕੀ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਉਹਨਾਂ ਦਾ ਨਾਮ ਜਿਹੜਾ 101% ਸਿਲੈਕਸ਼ਨ ਲਿਸਟ ਦੇ ਵਿੱਚ ਆਵੇਗਾ। ਕਿਉਂ ਆਵੇਗਾ? ਕਿਉਂਕਿ 2,994 ਜਿਹੜੀਆਂ ਵੈਕੈਂਸੀਆਂ ਨੇ ਇਹਨਾਂ ਨੂੰ ਵੀ ਕੰਪਲੀਟ ਕੀਤਾ ਜਾਵੇਗਾ। ਠੀਕ ਹੈ, ਬਟ ਕੰਪਲੀਟ ਜਿਹੜਾ ਕੀਤਾ ਜਾਵੇਗਾ ਇਹ ਕਦੋਂ ਕੀਤਾ ਜਾਵੇ ਇਹਦੇ ਬਾਰੇ ਆਪਾਂ ਹਜੇ ਕੁਝ ਨਹੀਂ ਕਹਿ ਸਕਦੇ, ਬਟ ਇਹਨਾਂ ਨੂੰ ਕੰਪਲੀਟ ਜ਼ਰੂਰ ਕੀਤਾ ਜਾਵੇਗਾ, ਕਿਉਂਕਿ ਜਦੋਂ ਡਾਕੂਮੈਂਟਸ ਵੈਰੀਫਿਕੇਸ਼ਨ ਹੋਈ ਸੀਗੀ ਤਾਂ ਉਹਦੇ ਵਿੱਚ ਕਾਫੀ ਸਾਰੇ ਬੱਚਿਆਂ ਨੂੰ ਬੁਲਾਇਆ ਗਿਆ ਸੀਗਾ, ਨਾ ਕਿ 3,000 ਬੱਚਿਆਂ ਨੂੰ ਬੁਲਾਇਆ ਗਿਆ ਸੀ, ਬਹੁਤ ਸਾਰੇ ਬੱਚਿਆਂ ਨੂੰ ਬੁਲਾਇਆ ਗਿਆ ਸੀ। ਇਸੇ ਕਰਕੇ ਬੁਲਾਇਆ ਗਿਆ ਸੀਗਾ ਕਿਉਂਕਿ ਸਾਰੀਆਂ ਜਿਹੜੀਆਂ ਵੈਕੈਂਸੀਆਂ ਨੇ ਇਹਨਾਂ ਨੂੰ ਕੰਪਲੀਟ ਕੀਤਾ ਜਾਵੇਗਾ। ਟਾਈਮ ਜ਼ਰੂਰ ਲੱਗ ਸਕਦਾ ਬਟ ਜਿਹੜੀਆਂ ਸਾਰੀਆਂ ਵੈਕੈਂਸੀਆਂ ਨੇ ਇਹਨਾਂ ਨੂੰ ਕੰਪਲੀਟ ਕੀਤਾ ਜਾਵੇਗਾ। ਹੁਣ ਜੇਕਰ ਆਪਾਂ ਕੱਟ ਆਫ ਦੀ ਗੱਲ ਕਰੀਏ ਤਾਂ ਕੱਟ ਆਫ ਜਿਹੜੀ ਹੈ ਆਪਣੇ ਕੋਲ ਡਾਊਨ ਆ ਸਕਦੀ ਹੈ। ਠੀਕ ਹੈ, ਜਿਨ੍ਹਾਂ ਬੱਚਿਆਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਚੁੱਕੀ ਹੈ ਉਹਨਾਂ ਦੀ ਸਿਲੈਕਸ਼ਨ ਤਾਂ ਹੋਣੀ ਹੀ ਹੋਣੀ ਹੈ। ਠੀਕ ਹੈ, ਇਸ ਤੋਂ ਇਲਾਵਾ ਵੀ ਜਿਹੜੀ ਕੱਟ ਆਫ ਹੈ ਉਹ ਡਾਊਨ ਆ ਸਕਦੀ ਹੈ। ਠੀਕ ਹੈ, ਬਟ ਜਦੋਂ 3,000 ਵੈਕੈਂਸੀਆਂ ਕੰਪਲੀਟ ਹੋ ਜਾਂਦੀਆਂ ਨੇ ਉਸ ਤੋਂ ਬਾਅਦ 2,364 ਦਾ ਜੇਕਰ ਪ੍ਰੋਸੈਸ ਜਾਰੀ ਹੋ ਜਾਂਦਾ ਹੈ ਫਿਰ ਕੱਟ ਆਫ ਡਾਊਨ ਆਉਣ ਦੀ ਪੋਸੀਬਿਲਿਟੀ ਜ਼ਿਆਦਾ ਰਹੇਗੀ। ਬਟ 2,364 ਜਿਹੜੀ ਕੱਟ 2,364 ਜਿਹੜੀ ਭਰਤੀ ਹੈ ਇਸ ਭਰਤੀ ਤੋਂ ਬਾਅਦ ਕੰਪਲੀਟ ਹੁੰਦੀ ਹੈ, ਫਿਰ ਆਪਾਂ ਨਹੀਂ ਕਹਿ ਸਕਦੇ ਕਿ ਕੱਟ ਆਫ ਹੋਰ ਜਿਹੜੀ ਡਾਊਨ ਆਵੇਗੀ। ਬਟ ਜੇਕਰ 2,364 ਸਪੋਜ਼ ਕਰੋ 3,000 ਜਿਹੜੀਆਂ ਆਹ ਵਾਲੀ ਵੈਕੈਂਸੀਆਂ ਫਰੈਸ਼ ਨੇ ਇਹਨਾਂ ਨੂੰ ਕੰਪਲੀਟ ਕਰਵਾ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ 2,364 ਦਾ ਪ੍ਰੋਸੈਸ ਜਾਰੀ ਕਰ ਦਿੱਤਾ ਜਾਂਦਾ ਐਂਡ ਫਿਰ ਬੈਕਲੋਗ ਦੀ ਪੋਸਟਾਂ ਨੂੰ ਜਿਹੜਾ ਡੀ ਰਿਜ਼ਰਵ ਕਰਕੇ ਕੰਪਲੀਟ ਕੀਤਾ ਜਾਂਦਾ, ਤਾਂ ਕੱਟ ਆਫ ਜਿਹੜੀ ਹੈ 2 ਤੋਂ 4 ਨੰਬਰ ਜਿਹੜੀ ਹੈ ਹੋਰ ਆਪਣੇ ਕੋਲ ਡਾਊਨ ਆ ਸਕਦੀ ਹੈ। ਠੀਕ ਹੈ, 2 ਤੋਂ 4 ਨੰਬਰ ਹਰੇਕ, ਇੱਥੇ ਮੈਂ ਕੈਟਾਗਰੀ ਦੀ ਗੱਲ ਕਰ ਰਿਹਾ,
ਤਾਂ 2 ਤੋਂ 4 ਨੰਬਰ ਜਿਹੜੀ ਆਪਣੇ ਕੋਲ ਕੱਟ ਆਫ ਹੈ ਇਹ ਹੋਰ ਡਾਊਨ ਆ ਸਕਦੀ ਹੈ। ਤਾਂ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹੀ ਇਨਫੋਰਮੇਸ਼ਨ ਦੇਣੀ ਸੀਗੀ। ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਬਾਕੀ ਜੇਕਰ ਕੋਈ ਤੁਹਾਡਾ ਡਾਊਟ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ, ਉੱਥੇ ਆਪਾਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਤੁਹਾਨੂੰ ਵੀ ਪਤਾ ਹੈ ਜਿਹੜਾ ਧਰਨਾ ਚੱਲ ਰਿਹਾ, ਠੀਕ ਹੈ, ਉਹਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਭਾਗ ਲਓ, ਕਿਉਂਕਿ ਤਾਂ ਜੋ ਇਸ ਭਰਤੀ ਨੂੰ ਜਲਦੀ ਕੰਪਲੀਟ ਕੀਤਾ ਜਾ ਸਕੇ, ਠੀਕ ਹੈ। ਜੇਕਰ ਤੁਸੀਂ ਆਪਣਾ ਹੱਕ ਮੰਗਦੇ ਹੋ ਤਾਂ ਤੁਸੀਂ ਆਪਣਾ ਹੱਕ ਇੱਦਾਂ ਹੀ ਲੈ ਸਕਦੇ ਹੋ, ਵੱਧ ਤੋਂ ਵੱਧ ਬੱਚੇ ਉੱਥੇ ਜਾਣ, ਠੀਕ ਹੈ। ਵੱਧ ਤੋਂ ਜਿੰਨਾ ਵੱਧ ਇਕੱਠ ਹੋਵੇਗਾ ਉਨਾ ਪ੍ਰਭਾਵ ਜ਼ਿਆਦਾ ਪਵੇਗਾ, ਐਂਡ ਇਹ ਜਿਹੜੀ ਭਰਤੀ ਹੈ ਜਲਦੀ ਕੰਪਲੀਟ ਹੁੰਦੀ ਤੁਹਾਨੂੰ ਦੇਖਣ ਨੂੰ ਮਿਲੇਗੀ, ਠੀਕ ਹੈ। ਜਿੰਨਾ ਬੱਚਿਆਂ ਦੀ ਖਾਸ ਕਰਕੇ ਆਪਣੇ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਚੁੱਕੀ ਹੈ ਤਾਂ ਉਹਨਾਂ ਬੱਚਿਆਂ ਨੂੰ ਜ਼ਰੂਰ ਉੱਥੇ ਪਹੁੰਚਣਾ ਚਾਹੀਦਾ, ਤਾਂ ਹੀ ਜਿਹੜੀ ਭਰਤੀ ਹੈ ਜਲਦੀ ਸਿਰੇ ਚੜੇਗੀ, ਨਹੀਂ ਤਾਂ ਇੱਦਾਂ ਹੀ ਭਰਤੀ ਜਿਹੜੀ ਹੈ ਲਟਕਦੀ ਰਹੇਗੀ, ਫਿਰ ਤੁਹਾਨੂੰ ਜਿਹੜੀ ਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਜਿੰਨਾ ਹੋ ਸਕੇ ਯੂਨੀਅਨ ਦਾ ਸਾਥ ਦਿਓ, ਵੱਧ ਤੋਂ ਵੱਧ ਬੱਚੇ ਭਾਗ ਲਓ, ਠੀਕ ਹੈ। 2-4 ਬੱਚੇ ਜਿੰਨੇ ਵੀ ਤੁਹਾਡੇ ਕੈਂਡੀਡੇਟ ਬੰਦੇ ਨੇ, ਠੀਕ ਹੈ, ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ, ਤਾਂ ਉੱਥੇ ਵੱਧ ਤੋਂ ਵੱਧ ਬੱਚੇ ਪਹੁੰਚਣ ਤਾਂ ਜੋ ਇਹ ਜਿਹੜੀ ਭਰਤੀ ਹੈ ਜਲਦੀ, ਠੀਕ ਹੈ, ਸਿਰੇ ਚੜ ਸਕੇ। ਬਾਕੀ ਕੋਈ ਡਾਊਟ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ, ਉੱਥੇ ਆਪਾਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਬਾਕੀ 2994 ਜਿਹੜੀਆਂ ਬੈਕਲੋਗ ਦੀਆਂ ਪੋਸਟਾਂ ਹੈਗੀਆਂ ਨੇ, ਇਹਨਾਂ ਨੂੰ ਜਿਹੜਾ ਕੰਪਲੀਟ ਕੀਤਾ ਜਾਵੇਗਾ। ਕਿਸੇ ਤਰ੍ਹਾਂ ਦੀ ਤੁਸੀਂ ਕੋਈ ਵੀ ਪਰੇਸ਼ਾਨੀ ਨਹੀਂ ਲੈਣੀ, ਜਿਨ੍ਹਾਂ ਦੀ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਚੁੱਕੀ ਹੈ ਉਹਨਾਂ ਦੀ ਸਿਲੈਕਸ਼ਨ ਤਾਂ ਪੱਕੀ ਹੀ ਹੈਗੀ ਆ। ਟਾਈਮ ਜ਼ਰੂਰ ਲੱਗ ਸਕਦਾ, ਬਟ ਇਹ ਜਿਹੜੀ ਭਰਤੀ ਆ ਸਿਰੇ ਚੜੇਗੀ ਐਂਡ ਕੰਪਲੀਟ ਵੀ ਹੋਵੇਗੀ। ਤਾਂ ਇਹ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਮੈਂ ਪ੍ਰੋਵਾਈਡ ਕਰਾਉਣੀ ਸੀ। ਸੋ ਇਸ ਦੇ ਨਾਲ ਹੀ ਅੱਜ ਦੀ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਹਾਂ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।